ਕੈਨੇਡਾ ਸਟੱਡੀ ਕਰਨ ਜਾਣ ਵਾਲੇ ਸਟੂਡੈਂਟਸ ਲਈ ਕੱਲ੍ਹ ਬਹੁਤ ਵਧੀਆ ਨਿਊਜ਼ ਆਈ ਸੀ ਕਿ ਜਿਨ੍ਹਾਂ ਸਟੂਡੈਂਟਸ ਨੇ ਆਪਣੇ ਬਾਇਓਮੈਟ੍ਰਿਕ ਕਰਾਉਣੇ ਹੈਗੇ ਆ, ਪੈਂਡਿੰਗ ਰਹਿੰਦੇ ਬਾਇਓਮੈਟ੍ਰਿਕਸ ਉਹਨਾਂ ਦੇ, ਤਾਂ ਉਹਨਾਂ ਨੇ ਆਪਣੀ ਬਾਇਓਮੈਟ੍ਰਿਕ ਡੇਟ ਸ਼ਡਿਊਲ ਕੀਤੀ ਹੋਈ ਆ, ਬਟ ਉਹਨਾਂ ਦਾ ਇੰਟੇਕ ਨੀਅਰ ਆ ਰਿਹਾ, ਜੇ ਮੰਨ ਕੇ ਚਲੋ ਸਤੰਬਰ ਇੰਟੇਕ ਹੈਗਾ ਉਹਨਾਂ ਦਾ, ਤਾਂ ਉਹ ਆਪਣੀ ਡੇਟ ਜਿਹੜੀ ਹੈਗੀ ਆ ਚੇਂਜ ਕਰ ਸਕਦੇ ਆ, ਉਹ ਡੇਟ ਆਪਣੀ ਚੇਂਜ ਕਰਕੇ ਪਹਿਲਾਂ ਦੀ ਡੇਟ ਲੈ ਸਕਦੇ ਆ। ਅਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸੂਗਾ ਕਿ ਉਹ ਆਪਾਂ ਨੂੰ ਕਿੰਨਾ ਕੁ ਬੈਨੀਫਿਟ ਹੋਊਗਾ ਉਹ ਚੀਜ਼ ਦਾ, ਜਾਂ ਨਹੀਂ ਬੈਨੀਫਿਟ ਹੋਊਗਾ, ਅਤੇ ਆਪਾਂ ਕਿੱਦਾਂ ਬਾਇਓਮੈਟ੍ਰਿਕ ਕਰ ਸਕਦੇ ਹਾਂ, ਆਪਾਂ ਡੇਟ ਕਿੱਦਾਂ ਚੈੱਕ ਪਿੱਕ ਕਰ ਸਕਦੇ ਹਾਂ, ਆਪਾਂ ਨੂੰ ਪੁਰਾਣੀ ਡੇਟ ਆਪਾਂ ਨੂੰ ਕੈਂਸਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੇਰੀ ਪਲੀਜ਼ ਰਿਕੁਐਸਟ ਹੈ ਸਾਡਾ ਯੂਟਿਊਬ ਚੈਨਲ ਜੂ ਸਬਸਕ੍ਰਾਈਬ ਕਰਕੇ ਰੱਖੋ, ਤਾਂ ਕਿ ਹਰੇਕ ਇਨਫੋਰਮੇਸ਼ਨ ਤੁਹਾਡੇ ਤੱਕ ਸਹੀ ਸਮੇਂ 'ਤੇ ਪਹੁੰਚ ਸਕੇ। ਆਓ ਦੋਸਤੋ ਕਰਦੇ ਹਾਂ ਜੀ ਦੀ ਵੀਡੀਓ ਸਟਾਰਟ। ਆ ਦੋਸਤੋ, ਤੁਹਾਡੇ ਸਾਹਮਣੇ ਇੱਕ ਪੇਜ ਲਿੰਕ ਓਪਨ ਕੀਤਾ ਹੋਇਆ, ਪੇਜ ਓਪਨ ਕੀਤਾ ਹੋਇਆ ਜਿੱਥੇ ਆਪਾਂ ਬਾਇਓਮੈਟ੍ਰਿਕ ਸ਼ਡਿਊਲ ਕਰਨੀ ਹੁੰਦੀ ਆ। ਇਹਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿਉਂਗਾ, ਤੁਸੀਂ ਉਸ ਲਿੰਕ 'ਤੇ ਆਪਣੀ ਬਾਇਓਮੈਟ੍ਰਿਕ ਸ਼ਡਿਊਲ ਕਰ ਸਕਦੇ ਹੋ। ਇਸ ਵਿੱਚ ਵੀਡੀਓ 'ਚ ਸਾਫ਼ ਕਲੀਅਰ ਹੋ ਜਾ ਕਿ ਤੁਸੀਂ ਬਾਇਓਮੈਟ੍ਰਿਕ ਜਿਹੜੀ ਕਰਨੀ ਹੈਗੀ ਆ ਉਹ ਆਪਣੀ ਆਈਡੀ ਜਨਰੇਟ ਕਰਨ ਤੋਂ ਬਾਅਦ, ਈਮੇਲ ਆਈਡੀ ਕਰਨ ਤੋਂ ਬਾਅਦ ਡਨ, ਅਤੇ ਇਹ 'ਚ ਈਮੇਲ ਆਈਡੀ ਦੇ ਪਾਸਵਰਡ ਭਰ ਕੇ ਤੁਸੀਂ ਆਪਣੀ ਡੇਟ ਡਨ ਕਰਨੀ ਹੈ। ਜਦੋਂ ਤੁਹਾਡੇ ਸਾਹਮਣੇ ਪੇਜ ਓਪਨ ਹੋ ਚੁੱਕਾ, ਇਹ ਜਿਹੜਾ ਅਨਰੋਲਮੈਂਟ ਹੈਗੀ ਆ ਸਪੈਸ਼ਲ ਸਟੂਡੈਂਟਸ ਲਈ ਹੈਗੀ ਹੈ, ਇਹ ਸਲੋਟ ਜਿਹੜਾ ਤਿਆਰ ਕੀਤਾ ਗਿਆ VFS ਸੈਂਟਰ ਵੱਲੋਂ, ਓਨਲੀ ਸਟੂਡੈਂਟਸ ਦਾ ਸਪੈਸ਼ਲ ਕੀਤਾ ਗਿਆ, ਬਟ ਹਜੇ ਤੱਕ ਕੋਈ ਵੀ ਡੇਟ ਵਿੱਚ ਅਵੇਲੇਬਲ ਨਹੀਂ ਹੈ, ਆਪਾਂ ਕੋਈ ਵੀ ਸਲੋਟ ਨਹੀਂ ਅਵੇਲੇਬਲ ਹੈਗਾ, ਇੱਥੇ ਆਪਾਂ ਕੋਈ ਡੇਟ ਪਿੱਕ ਨਹੀਂ ਕਰ ਸਕਦੇ। ਤੋ ਸਟੂਡੈਂਟਸ, ਮੇਰੀ ਰਿਕੁਐਸਟ ਹੈ ਕਿ ਜਿਹੜੀ ਹੈਗੀ ਆ ਤੁਹਾਡੀ ਪੁਰਾਣੀ ਬਾਇਓਮੈਟ੍ਰਿਕ ਹੈਗੀ ਆ ਉਹ ਤੁਸੀਂ ਆਪਣੀ ਕੈਂਸਲ ਹਜੇ ਨਾ ਕਰੋ, ਉਹਨੂੰ ਕੈਂਸਲ ਕਰਾਉਣ ਦੀ ਹਜੇ ਜ਼ਰੂਰਤ ਨਹੀਂ ਹੈ, ਕਿਉਂਕਿ ਨਿਊ ਜਿਹੜੀ ਡੇਟਸ ਮਿਲ ਰਹੀਆਂ ਉਹ ਅਵੇਲੇਬਲ ਨਹੀਂ ਆ, ਕਿਉਂਕਿ ਜੇ ਅਸੀਂ ਪੁਰਾਣੀ ਆਪਣੀ ਡੇਟ ਪਹਿਲਾਂ ਕੈਂਸਲ ਕਰ ਲਉਂਗੇ ਤੁਹਾਡੀ ਨਵੀਂ ਡੇਟ ਜਿਹੜੀ ਹੈਗੀ ਤੁਹਾਨੂੰ ਨਹੀਂ ਮਿਲ ਪਾਊਗੀ, ਤਾਂ ਤੁਹਾਨੂੰ ਬਹੁਤ ਜ਼ਿਆਦਾ ਹੈਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਆ ਤੁਹਾਡੇ ਸਾਹਮਣੇ ਦੇਖ ਰਿਹਾ ਕਿ ਕੋਈ ਦਸੰਬਰ, ਨਵੰਬਰ, ਜਨਵਰੀ ਕੋਈ ਵੀ ਸਲੋਟ ਅਵੇਲੇਬਲ ਨਹੀਂ ਆ, ਆਪਾਂ ਕੋਈ ਵੀ ਡੇਟ ਦੇ ਵਿੱਚ ਪਿੱਕ ਨਹੀਂ ਕਰ ਸਕਦੇ। ਤੁਸੀਂ ਆਪਣਾ ਸੈਂਟਰ ਕੋਈ ਹੋਰ ਚੇਂਜ ਵੀ ਕਰਕੇ ਦੇਖ ਸਕਦੇ ਹਾਂ, ਇਹ ਇਸ 'ਚ ਮੈਂ ਤੁਹਾਨੂੰ ਦਿਖਾਇਆ ਇਹ ਜਲੰਧਰ ਦੇ ਲਈ ਅਪਾਇੰਟਮੈਂਟ ਹੈਗੀ ਹੈ, ਜੋ ਜਲੰਧਰ ਦੇ ਨੇੜੇ ਤੇੜੇ ਜਿਹੜੇ ਹੈਗੇ ਆ ਉਹ ਆਪਣੀ ਬਾਇਓਮੈਟ੍ਰਿਕ ਕਰਾਉਣਾ ਚਾਹੁੰਦੇ ਆ, ਇਹ ਉਹਨਾਂ ਵਾਸਤੇ ਸਲੋਟ ਹੈਗਾ, ਇੱਥੇ ਕੋਈ ਵੀ ਡੇਟ ਅਵੇਲੇਬਲ ਨਹੀਂ ਆ। ਤੁਹਾਨੂੰ ਮੈਂ ਅੱਗੇ ਨੈਕਸਟ ਦੱਸੂਗਾ ਵੀ ਤੁਹਾਨੂੰ ਨੈਕਸਟ ਕਿਸੇ ਹੋਰ ਸ਼ਹਿਰ ਦੇ ਵਿੱਚ ਆਪਾਂ ਬਾਇਓਮੈਟ੍ਰਿਕ ਡਨ ਕਰ ਸਕਦੇ ਹਾਂ, ਬਟ ਉੱਥੇ ਵੀ ਜਿਹੜੀ ਹੈਗੀ ਬਾਇਓਮੈਟ੍ਰਿਕ ਅਵੇਲੇਬਲ ਹੈਗੀ ਆ ਜਾਂ ਨਹੀਂ ਹੈਗੀ। ਸੋ ਦੋਸਤੋ, ਇਹ ਕਹਿਣ ਦਾ ਮਤਲਬ ਇਹ ਹੈਗੀ ਕਿ ਇਮੀਗ੍ਰੇਸ਼ਨ ਵੱਲੋਂ VFS ਸੈਂਟਰ ਵੱਲੋਂ ਇਹ ਆਪਸ਼ਨ ਦੇ ਦਿੱਤੀ ਗਈ ਆ ਕਿ ਸਟੂਡੈਂਟ ਸਪੈਸ਼ਲ ਆਪਣੀ ਬਾਇਓਮੈਟ੍ਰਿਕ ਡਨ ਕਰ ਸਕਦੇ ਆ, ਉਸ ਸਲੋਟ ਵਿੱਚ ਕੋਈ PR ਜਾਂ ਓਪਨ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਵਾਲੇ ਕੈਂਡੀਡੇਟ ਉੱਧਰ ਆਪਣੀ ਡੇਟ ਬੁੱਕ ਨਹੀਂ ਕਰ ਸਕਣਗੇ। ਇਹ ਆਪਸ਼ਨ ਤਾਂ ਬਹੁਤ ਵਧੀਆ ਹੈਗੀ ਹੈ ਸਟੂਡੈਂਟਸ ਲਈ, ਬਟ ਇਹ ਕਿਤੇ ਨਾ ਕਿਤੇ ਸਟੂਡੈਂਟਸ ਵਿੱਚ ਇਹ ਇੰਨਾ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਡੇਟ ਤਾਂ ਅਵੇਲੇਬਲ ਨਹੀਂ ਹੈਗੀ ਆ ਵੀ ਅਸੀਂ ਬੁੱਕ ਕਿੱਦਾਂ ਕਰ ਸਕਦੇ ਹਾਂ। ਆ ਦੋਸਤੋ, ਹੁਣ ਕੈਨੇਡਾ ਦੀ ਮੈਂ ਆਪਸ਼ਨ ਸਿਲੈਕਟ ਕੀਤੀ ਆ, ਅਤੇ ਵੇਖਦੇ ਹਾਂ ਆਪਾਂ ਚੰਡੀਗੜ੍ਹ ਦੀ ਦੇ ਲਈ ਅਪਾਇੰਟਮੈਂਟ ਅਵੇਲੇਬਲ ਹੈਗੀ ਕਿ ਨਹੀਂ ਹੈਗੀ ਆ। ਆਹ ਦੇਖੋ, ਸਟੂਡੈਂਟ ਦੀ ਸਪੈਸ਼ਲ ਕੈਟਾਗਰੀ ਆ ਇਨਰੋਲਮੈਂਟ ਬਾਇਓਮੈਟ੍ਰਿਕ ਨੰਬਰ ਸਟੂਡੈਂਟਸ ਓਨਲੀ, ਠੀਕ ਹੈ। ਇਹ ਸਟੂਡੈਂਟ ਓਨਲੀ ਜਿਹੜੇ ਹੈਗੇ ਆ, ਕੇਵਲ ਸਟੂਡੈਂਟਸ ਹੀ ਇਹ ਸਲੋਟ ਬੁੱਕ ਕਰ ਸਕਦੇ ਆ। ਆ ਦੇਖੋ, ਮੈਂ ਅੱਗੇ ਐਪਲੀਕੈਂਟ ਐਡ ਕਰੂੰਗਾ, ਅਤੇ ਐਪਲੀਕੈਂਟ ਦੇ ਐਡ ਤੁਸੀਂ ਆਪਣੇ ਵਿੱਚ ਆਪਦਾ ਸਾਰਾ ਕੁਛ ਭਰ ਲੈਣਾ, ਡੇਟ ਆਫ ਬਰਥ, ਫੋਨ ਨੰਬਰ, ਈਮੇਲ ਆਈਡੀ, ਉਸ ਤੋਂ ਬਾਅਦ ਕਨਫਰਮ ਕਰਨ ਤੋਂ ਬਾਅਦ ਓਕੇ ਕਰਨਾ, ਓਕੇ ਕਰਨ ਤੋਂ ਬਾਅਦ ਪੇਜ ਤੁਹਾਡੇ ਕੋਲ ਓਪਨ ਹੋਊਗਾ। ਚੰਡੀਗੜ੍ਹ ਦੇ ਲਈ ਵੀ ਕੋਈ ਡੇਟ ਅਗਸਤ ਦੀ ਅਵੇਲੇਬਲ ਨਹੀਂ ਆ, ਸਪਤੰਬਰ ਦੀ ਅਵੇਲੇਬਲ ਨਹੀਂ ਆ, ਅਕਤੂਬਰ ਦੀ ਅਵੇਲੇਬਲ ਨਹੀਂ ਆ, ਨਵੰਬਰ ਦੀ ਵੀ ਅਵੇਲੇਬਲ ਨਹੀਂ ਆ ਇੱਥੇ, ਅਤੇ ਦਸੰਬਰ, ਜਨਵਰੀ ਕੋਈ ਵੀ ਡੇਟ ਅਵੇਲੇਬਲ ਨਹੀਂ ਆ। ਸੋ ਕਹਿਣ ਦਾ ਭਾਵ ਹੈਗਾ, ਇੱਕ ਵਾਰੀ ਇਹ ਡਿਕਲੇਅਰ ਕਰ ਦਿੱਤਾ ਵੀ ਤੁਸੀਂ ਆਪਣੀ ਬਾਇਓਮੈਟ ਡਨ ਕਰ ਸਕਦੇ ਹੋ, ਬਟ ਹਜੇ ਤੱਕ ਕਿਸੇ ਵੀ ਸਟੂਡੈਂਟ ਨੇ ਇੱਥੇ ਆਪਣੀ ਬਾਇਓਮੈਟ ਡਨ ਨਹੀਂ ਕੀਤੀ ਆ, ਇਸ ਸਾਈਡ 'ਚ ਕੋਈ ਪ੍ਰੋਬਲਮ ਕਹਿ ਸਕਦੇ ਹਾਂ, ਜਾਂ VFS ਸੈਂਟਰ ਕੋਈ ਹਰੇ ਡੇਟਸ ਅਲੋਟ ਨਹੀਂ ਕੀਤੀਆਂ ਗਈਆਂ ਸਟੂਡੈਂਟਸ ਲਈ, ਠੀਕ ਹੈ। ਹੋ ਸਕਦਾ ਕੁਛ ਕੁ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਉਹ ਸਟੂਡੈਂਟ ਦਾ ਹੱਲ ਹੋ ਜਾਵੇ, ਜਿਹੜੇ ਸਟੂਡੈਂਟ ਸਤੰਬਰ ਇੰਟੇਕ ਹੈਗਾ ਉਹਨਾਂ ਦੇ ਅਗਸਤ ਦੇ ਵਿੱਚ ਬਾਇਓਮੈਟ੍ਰਿਕ ਹੋਊਗੀ ਜਾਂ ਨਹੀਂ ਹੋਊਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਸੋ ਦੋਸਤੋ, ਇਹ ਵੀਡੀਓ ਹੈਗੀ ਆ ਤੁਹਾਡੇ ਲਈ ਆ, ਜੇ ਤੁਸੀਂ ਬਾਇਓਮੈਟ੍ਰਿਕ ਆਪਣੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀਡੀਓ ਦੇਖੋ। ਇਸ ਤੋਂ ਆਪਣਾ ਇਹੀ ਕਲੀਅਰ ਹੁੰਦਾ ਕਿ ਇਹ ਆਪਣੀ ਬਾਇਓਮੈਟ੍ਰਿਕ ਜਿਹੜੀ ਹੈਗੀ ਆ, ਆਪਣੀ ਪੁਰਾਣੀ ਵਾਲੀ ਬਾਇਓਮੈਟ੍ਰਿਕ ਆਪਾਂ ਨੂੰ ਕੈਂਸਲ ਕਰਨ ਦੀ ਜ਼ਰੂਰਤ ਨਹੀਂ ਆ, ਤੁਸੀਂ ਉਸਨੂੰ ਕੈਰੀ ਕਰਕੇ ਚੱਲੋ ਜਿੰਨਾ ਟਾਈਮ ਆਪਾਂ ਨੂੰ ਇੱਥੇ ਇੱਕ ਸਲੋਟ ਅਵੇਲੇਬਲ ਨਹੀਂ ਆ, ਜਦੋਂ ਡੇਟਸ ਇੱਥੇ ਅਪਡੇਟ ਹੋਣਗੀਆਂ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਨਿਊ ਡੇਟ ਪਿੱਕ ਕਰ ਸਕਦੇ ਹੋ। ਧੰਨਵਾਦ ਜੀ ਸਾਰਿਆਂ ਦਾ।